ਕੀ ਨਾਮ ਕੀ ਹੈ ਦਾ? ਤੀਰਥੋ। ਕੁੜੇ ਤੀਰਥੋ ਗੁੱਸਾ ਕਾਹਤੋਂ? ਤੀਰਥੋ ਪਰੇ ਹੋ ਜਾ, ਕਿੱਥੇ ਹੋ ਜਾ ਤੀਰਥੋ, ਗੱਲ ਸੁਣ ਲੈ ਮੇਰੀ, ਧਿਆਨ ਨਾਲ ਭੈਣ ਬਣ ਕੇ ਗੱਲ ਸੁਣ ਮੇਰੀ। ਮੈਂ ਤੇਰਾ ਭਰਾ, ਮੇਰੇ ਨਾਲ ਗੁੱਸਾ ਲੱਗਾ, ਮੈਂ ਤੇਰਾ ਭਰਾ, ਮੈਂ ਇਹਨਾਂ ਦਾ ਕੋਈ ਨੀ ਲੱਗਦਾ, ਮੈਂ ਇਹਨਾਂ ਦੇ ਖਿਲਾਫ ਆ, ਮੈਂ ਇਹਨਾਂ ਦੇ ਖਿਲਾਫ ਆ ਭੈਣੇ, ਮੈਂ ਤੇਰੇ ਨਾਲ ਆ। ਤੂੰ ਜਰਮਨ ਦੀ ਰਹਿਣ ਵਾਲੀ, ਉੱਥੋਂ ਦੀ ਤੂੰ ਹੈਗੀ ਆਪਣੀ ਵਾਸੀ, ਤੇ ਇੱਥੇ ਤੈਨੂੰ ਕਿਵੇਂ ਰੱਖੀ ਬੈਠੇ ਆ? ਮੈਂ ਤੈਨੂੰ ਜਰਮਨ ਭੇਜਣਾ ਵਾਪਸ, ਤੈਨੂੰ ਜਰਮਨ ਵਾਪਸ ਭੇਜਣਾ ਸੀ। ਹੁਣ ਦੱਸ ਕਦੋਂ ਭੇਜੀ? ਨਾ ਕੱਲ ਨੂੰ ਭੇਜ ਦੀਏ, ਕੱਲ ਨੂੰ ਭੇਜ ਦੀਏ, ਕੱਲ ਨੂੰ ਟਿਕਟ ਕਰਾ ਦੀਏ, ਅਸੀਂ ਆਪੇ ਕਰਾ ਕੇ ਦੇਵਾਂਗੇ। ਤੂੰ ਜਰਮਨ ਸਿਟੀਜ਼ਨ ਆ ਨਾ, ਯੂਰਪ ਦੀ ਸਿਟੀਜ਼ਨ ਆ ਨਾ, ਇਹਨਾਂ ਤੋਂ ਬਾਅਦ ਉਹ ਏਅਰਪੋਰਟ ਜਾਂ ਬੈਠੀ ਸੀ, ਅਸੀਂ ਭੇਜਾਂਗੇ ਤੈਨੂੰ ਹੁਣ, ਅਸੀਂ ਭੇਜਾਂਗੇ। ਇਹਨਾਂ ਨੇ ਤੇਰੇ ਨਾਲ ਕੀ, ਇਹਨਾਂ ਨੇ ਤੇਰੇ ਨਾਲ ਗਲਤ ਕੀਤਾ, ਅਸੀਂ ਭੇਜਾਂਗੇ। ਉਹ ਗਲਤ ਕਿਉਂ? ਉਹ ਤਾਂ ਗਲਤ, ਉਹਨੇ ਦਵਾਜ ਕਰਤਾ, ਹਾਂ ਮੈਂ ਇੱਥੇ ਆਉਣਾ ਹੀ ਨਹੀਂ ਸੀ, ਅਸੀਂ ਤੇਰੇ ਨਾਲ ਆ। ਹੁਣ ਤੂੰ ਇਹਨਾਂ ਦੇ ਨਾਲ ਜਾਣਾ ਨਹੀਂ, ਤੂੰ ਜਰਮਨ ਭੇਜਾਂਗੇ ਤੈਨੂੰ, ਸਿੱਧਾ ਜਰਮਨ ਜਾ। ਨਹੀਂ ਨਹੀਂ ਜਰਮਨ, ਜਰਮਨ ਭੇਜਣਾ ਤੈਨੂੰ ਮੇਰੀ ਭੈਣ, ਤੂੰ ਤਾਂ ਉੱਥੋਂ ਦੀ ਸਿਟੀਜ਼ਨ ਆ। ਸਰਕਾਰ ਦੀਆਂ 5 ਲੈਟਰਾਂ ਆਈਆਂ ਪਈਆਂ ਵੀ ਤੀਰਥੋ ਨੂੰ ਭੇਜੋ ਜਲਦੀ। ਤੂੰ ਮੈਨੂੰ ਇਹ ਨਾ ਸਿਖਾ, ਸਿਖਾ ਨਹੀਂ ਰਿਹਾ। ਮੈਂ ਉੱਥੇ 25-26 ਸਾਲ ਰਹੀ ਆ। ਜਰਮਨ ਕਿਹੜੇ ਸ਼ਹਿਰ? ਮੈਂ ਜਿੱਥੇ ਮਰਜ਼ੀ ਰਹਾਂ, ਜਿਹੜੇ ਸਵਾਲੀ ਉਹ ਤੁਹਾਡੀ ਪ੍ਰੋਬਲਮ ਨਹੀਂ ਹੈਗੀ, ਮੈਂ ਉਹਦੇ ਨਾਲ ਰਿਸ਼ਤੇਦਾਰੀ ਨਹੀਂ ਪਾਉਣੀ। ਠੀਕ ਆ, ਠੀਕ ਆ ਨਾ, ਮੈਂ ਤੁਹਾਡੀ ਨਾਲ ਉੱਥੇ ਰਿਸ਼ਤੇਦਾਰੀ ਨਹੀਂ ਪਾਉਂਦੀ ਅੱਜ ਤੱਕ, ਨਾ ਮੈਂ ਇਹਨਾਂ ਦੇ ਨਾਲ ਪਾਈ ਆ। ਠੀਕ ਆ, ਹੁਣ ਤੂੰ ਜਰਮਨ ਜਾਣਾ ਜਾਂ ਨਹੀਂ? ਹਾਂ ਜਾਣਾ, ਦੱਸ ਦੇ ਬਸ, ਨਹੀਂ ਤਾਂ ਅਸੀਂ ਉਹਨਾਂ ਨੂੰ ਜਵਾਬ ਦੇ ਦਈਏ। ਜਾਣਾ? ਮੈਂ ਤੁਹਾਡੇ ਨਾਲ ਨਹੀਂ ਜਾਣਾ, ਮੇਰੇ ਨਾਲ ਨਹੀਂ, ਮੈਂ ਤਾਂ ਜਾਣਾ ਹੀ ਨਹੀਂ, ਤੈਨੂੰ ਭੇਜਣਾ ਅੱਜ ਤਾਂ। ਜੇ ਤੈਨੂੰ ਕਹੇ ਤਾਂ ਏਅਰਪੋਰਟ ਤੋਂ ਚੜਾ ਦਾਂਗੇ, ਸਾਨੂੰ ਕਾਲ ਆਈ ਆ, ਨਹੀਂ ਤਾਂ ਅਸੀਂ ਜਵਾਬ ਦੇ ਦਿੰਦੇ ਹਾਂ। ਤੇ ਜਿਹੜੇ ਹੋਰ ਇੱਥੇ ਲੈ ਕੇ ਲਿਆ ਕੇ ਪਾਗਲ ਬਣਾਈਆਂ ਔਰਤਾਂ, ਉਹਨਾਂ ਦਾ ਕੀ ਹੋਇਆ? ਉਹਨਾਂ ਨੂੰ ਵੀ ਨਾਲ ਲੈ ਜੀ। ਤੇ ਜਿਹੜੇ ਜਿਹੜੇ ਹੋਰ ਇੱਥੇ ਲਿਆ ਕੇ, ਇੱਥੇ ਇਹ ਕਿਹਾ ਗਿਆ ਕਿ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਨਜਾਇਜ਼ ਕਬਜ਼ਾ ਹੁੰਦਾ, ਉਹਨਾਂ ਦੀਆਂ ਫੈਮਲੀਆਂ ਦੀ ਸੇਫਟੀ ਕਿੱਥੇ ਆ? ਉਹ ਵੀ ਆਪਾਂ ਜਿਵੇਂ ਤੂੰ ਕਹੇਂਗੀ, ਮੇਰੇ ਸਾਥ ਨਾਲ ਔਰ ਨਾਲ ਜਿਹੜਾ ਸਾਡੇ ਫੈਮਲੀ ਮੈਂਬਰ ਹੈ ਇੱਕ ਬੰਦਾ, ਜਿਵੇਂ ਤੂੰ ਕਹੇਂਗੀ ਉਵੇਂ ਕਰਾਂਗੇ, ਉਵੇਂ ਕਰਾਂਗੇ ਆਪਾਂ, ਜਿਵੇਂ ਤੂੰ ਕਹੇਂਗੀ। ਤੂੰ ਮੈਨੂੰ ਕਿਉਂ ਰੋਕਿਆ ਗਿਆ ਸਾ? ਜਾਉਂਦੀ ਇੱਥੇ ਰੋਕਿਆ ਗਿਆ? ਚਲ ਮੇਰੀ ਭੈਣ, ਮਾਫੀ, ਇਹ ਹੁਣ ਸਬੂਤ ਦੇ ਤਾ ਮੈਨੂੰ, ਮਾਫੀ, ਇਹ ਜਰਮਨ ਦੇ ਵਿੱਚ ਮੈਨੂੰ ਰੋਕਿਆ ਗਿਆ ਸੀ, ਉਦਾਂ ਹੁਣ ਇੱਥੇ ਰੋਕਿਆ ਗਿਆ? ਤੁਸੀਂ ਸਬੂਤ ਆ, ਦੁਨੀਆ ਕੋਈ ਸਬੂਤ ਆ? ਹੁਣ ਤੂੰ ਜਾਣਾ ਜਰਮਨ, ਭੇਜ ਦੀਏ, ਹਾਂ ਕਰ ਦੀਏ ਜਾਂ ਨਾ, ਤੂੰ ਮੈਨੂੰ ਇਦਾਂ ਕਰ, ਮੈਨੂੰ ਉੱਪਰ ਭੇਜ ਦੇ। ਨਹੀਂ ਜਰਮਨ ਭੇਜਣਾ ਮੈਂ ਆਪਦੀ ਭੈਣ ਨੂੰ, ਉੱਥੋਂ ਦੀ ਸਿਟੀਜ਼ਨ ਆ ਤੂੰ, ਤੂੰ ਸਿਟੀਜ਼ਨ ਆ ਉੱਥੋਂ ਦੀ, ਕੋਈ ਕੋਈ ਭੈਣ ਭੂਣ ਨਹੀਂ ਆ। ਜਦੋਂ ਆਪਣੀ ਫੈਮਲੀ ਤੇ ਆਉਂਦੀ, ਆਪਣੇ ਬੱਚਿਆਂ ਦੇ ਆਉਂਦੀ ਹੈ ਨਾ, ਭੈਣਾਂ ਬਗਾਨੀਆਂ, ਭੈਣਾਂ ਭੈਣਾਂ ਨਹੀਂ ਹੁੰਦੀਆਂ। ਅਰੇ ਆਪਣੀ ਭੈਣ ਖੜੀ, ਉਹ ਭੈਣਾਂ ਭੈਣਾਂ ਨਹੀਂ ਹੁੰਦੀਆਂ ਫਿਰ। ਅਰੇ ਆ ਭੈਣ ਖੜੀ ਹੈ ਮੇਰੀ, ਉਸ ਸਮੇਂ ਉਹ ਭੈਣ, ਤੂੰ ਭੈਣ ਆ ਮੇਰੀ। ਤੀਰਥੋ ਗੁੱਸਾ ਨਾ ਕਰ, ਕੋਈ ਵੀ ਤੀਰਥੋ ਗੁੱਸਾ ਨਾ ਕਰ, ਗੁੱਸਾ ਨਾ ਕਰ ਮੇਰੇ ਨਾਲ, ਨਾ ਗੁੱਸਾ ਕਰ, ਮੈਂ ਤੇਰਾ ਕੋਈ ਮਾੜਾ ਨਹੀਂ ਕੀਤਾ, ਹੱਥ ਜੋੜ ਕੇ ਮਾਰ। ਮੇਰੇ ਮੋਰਾ ਜੋੜਦੇ, ਮੈਂ ਉਹਨਾਂ ਦੇ ਜੋੜ ਕੇ ਆਈ। ਉਹ ਤਾਂ ਮਾੜੇ ਬੰਦੇ ਆ, ਉਹ ਤਾਂ ਮਾੜੇ ਬੰਦੇ ਆ। ਪਾਣੀ ਪਿਆਓ ਭੈਣ ਨੂੰ। ਨਹੀਂ ਨਹੀਂ ਨਹੀਂ, ਉਹ ਮਾੜੇ ਕਿਦਾਂ ਹੋਏ? ਉਹਨਾਂ ਨੂੰ ਮਾੜਾ ਬਣਾਇਆ ਕਿ ਨਹੀਂ? ਅੱਜ ਉਹ ਮੇਰੇ ਤੇ ਹੱਥ ਚੱਕਿਆ, ਜਿਹਨੇ ਕਦੇ ਮੈਨੂੰ ਹੱਥ ਨਹੀਂ ਲਾਇਆ, ਅੱਜ ਉਹਨੇ ਮੇਰੇ ਤੇ ਹੱਥ ਕਿਦਾਂ ਚੱਕਿਆ? ਓਏ ਮਨੂੰ, ਨਹੀਂ ਨਹੀਂ, ਉਹਨੇ ਮੇਰੇ ਤੇ ਹੱਥ ਕਿਦਾਂ ਚੱਕਿਆ? ਪੁਲਿਸ ਬੁਲਾਈ, ਨਹੀਂ ਅਰੈਸਟ ਕਰਾ ਦਈਏ, ਅਰੈਸਟ ਕਰਾ ਦਈਏ। ਤੂੰ ਹੱਥ ਨਹੀਂ ਲੱਗਾ, ਤੂੰ ਸੇਵਾ ਕਰਨੀ ਹੈ ਉਹਨਾਂ ਦੀ, ਤੂੰ ਮਾਂ ਤੇ ਮਾਂ ਸਾਸੀ ਦੀ ਬੜੀ ਸੇਵਾ ਕੀਤੀ, ਤੇ ਬਾਕੀ ਨਾਮ ਨਹੀਂ ਪਾ ਕੀਤੀ ਤੇਰੀ, ਸੋਹਣ ਮੈਂ ਸੁਣ ਲਈ ਸਾਰੀ, ਅਸੀਂ ਤੇਰੀਆਂ ਸੁਣ ਲਈਆਂ, ਕਿਸੇ ਨੇ ਸੇਵਾ ਕਰਨ ਪਈ ਜਾਂ ਨਹੀਂ ਸੇਵਾ ਹੋਣੀ ਆ, ਮੈਂ ਤੇਰੀਆਂ ਤਾਂ ਹੋਣ ਦੇ, ਉਹ ਹੁਣ 25-26 ਸਾਲ ਤੋਂ ਬਾਅਦ ਹੀ ਆਈਆਂ। ਚੱਲ ਕੋਈ ਕੋਈ, ਤੇ ਫਿਰ ਤੁਸੀਂ ਫਿਰ ਮੇਰੇ ਹਾਜ਼ਰ ਸ਼ਰਾਬ ਕੇ ਬਣਾਈ? ਚੱਲ ਚੱਲ, ਕਿਆ ਤੁਹਾਨੂੰ ਪਤਾ ਸ਼ਰਾਬ ਨਹੀਂ ਪੀਂਦਾ? ਇੱਕ ਮਿੰਟ, ਬਸ ਭੈਣੇ, ਮੈਂ ਆਪ ਹੀ ਸ਼ਰਾਬ ਨਹੀਂ ਪੀਂਦਾ, ਬਸ ਭੈਣੇ, ਤੁਸੀਂ ਸ਼ਰਾਬ ਕੇ ਬਣਾਈ? ਬਸ ਭੈਣੇ, ਬਸ ਹੱਥ ਨਹੀਂ ਲਾਉਣਾ, ਚੰਗਾ ਨਹੀਂ ਲਾਉਣਾ, ਹੱਥ ਨਹੀਂ ਲਾਉਣਾ, ਚੰਗਾ ਨਹੀਂ ਲਾਉਣਾ।
ਮੈਂ ਤੇਰੇ ਸਿਰ ਤੇ ਹੱਥ ਲਾਇਆ ਲੈ ਫੜ ਬਾਪੂ ਨਾ ਨਾ ਇਹ ਜਿਹੀਆਂ ਗੱਲਾਂ ਦੀ ਗੱਲ ਨਹੀਂ ਨਹੀਂ ਤੂੰ ਫਿਰ ਹੁਣ ਤੂੰ ਦੇਖ ਲਈ ਲੈ ਭੈਣੇ ਪਾਣੀ ਪੀ ਪਾਣੀ ਪੀ ਤੈਨੂੰ ਆਪਣੇ ਪੇ ਦੇ ਹੱਥ ਚੱਕਣ ਦੀ ਆਦਤ ਆ ਤੈਨੂੰ ਆਪਣੀ ਮਾਂ ਦੇ ਹੱਥ ਚੱਕਣ ਦੀ ਆਦਤ ਆ ਉਹਦੇ ਸਿਰ ਤੇ ਜਿੰਨੇ ਜ਼ਖਮ ਸੀ ਮੈਂ ਦੇਖੇ ਸੀ ਤੂੰ ਮੈਨੂੰ ਕੀ ਸਮਝਦਾ ਆ ਫੜ ਭੈਣੇ ਬਸ ਬਸ ਭੈਣੇ ਬਸ ਭੈਣੇ ਬੋਲਣਾ ਨਹੀਂ ਤੂੰ ਆਪਣੇ ਬਸ ਭੈਣੇ ਖੁਸ਼ਹਾਲਦਾ ਬੜਾ ਹਾਰ ਉਤੋਂ ਤੀਰਥੋਂ ਪਾਣੀ ਪੀ ਪਾਣੀ ਪੀ ਤੀਰਥੋਂ ਪਾਣੀ ਪੀ ਲਾ ਤੀਰਥੋਂ ਪਾਣੀ ਪੀ ਪਾਣੀ ਪੀ ਬਸ ਭੈਣੇ ਜੇ ਪ੍ਰਾਪਰਟੀ ਆ ਜੇ ਦਮ ਤੇ ਤੂੰ ਸਾਡੇ ਮੇਰੇ ਕਰਦੀਆਂ ਨੇ ਤੇਰੀ ਕਰਵਾਲੀ ਡਰਾਮੇ ਬਸ 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 ਬੋਲਣਾ ਨਹੀਂ ਆਪਾਂ ਆ ਪਾਣੀ ਪੀ ਫੜ ਪਾਣੀ ਪੀ ਫੜ ਪਾਣੀ ਪੀ ਲਾ ਤੇ ਮੂੰਹ ਸੁੱਕੀ ਜਾਂਦਾ ਭੈਣ ਘੁੱਟ ਪਾਣੀ ਪੀ ਲਾ ਪਾਣੀ ਦੀ ਘੁੱਟ ਪਾ ਲਾ ਤੇਰੀ ਇੱਕ ਘੁੱਟ ਪਾਣੀ ਵੀ ਪੀ ਗਈ ਨਾ ਇਹ ਦਾਦਾ ਨਹੀਂ ਹੈਗਾ ਜਰਮਨ ਦਾ ਪਾਣੀ ਆ ਆ ਦੇਖ ਜਰਮਨ ਦਾ ਪਾਣੀ ਆ ਪੀ ਲਾ ਨਹੀਂ ਪੀ ਲਾ ਭੈਣ ਬਣ ਮੈਨੂੰ ਮੈਨੂੰ ਇਹ ਤੇਰਾ ਪਾਣੀ ਵੀ ਹਰਾਮ ਆ ਭੈਣ ਬਣ ਕੇ ਪੀ ਬੜੀ ਸੁੱਕੀ ਜਾਂਦਾ ਤੇ ਇਨਸਾਨ ਜਿਹੜਾ ਹੁਣੇ ਉਹਨੂੰ ਪਰਸੋਂ ਕੋਈ ਇੱਕ ਦਿਖਾ ਕੇ ਦਿਖਾ ਇਹਨੂੰ ਬਾਹਰ ਭੇਜੋ ਯਾਰ ਬਾਪੂ ਨੂੰ ਕਹਿੰਦਾ ਇਹਨੂੰ ਪੁਲਿਸ ਨੂੰ ਬੁਲਾਓ ਲਾਉਨੇ ਅਸੀਂ ਪੁਲਿਸ ਨੂੰ ਕਰਦੇ ਆਂ ਪਾਣੀ ਪੀ ਲੈ ਨਹੀਂ ਕੀ ਕੀ ਸੋਚ ਕੇ ਅਸੀਂ ਤੂੰ ਕੰਪਲੇਂਟ ਕਰੇਂਗੀ ਨਾ ਅਸੀਂ ਉਹਨੂੰ ਥਾਣੇ ਫੜਾ ਦਵਾਂਗੇ ਕਿੰਨੀ ਤਰੀ ਅਸੀਂ ਮਦਦ ਕਰ ਦਵਾਂਗੇ ਜਿੱਦਣ ਕੰਪਲੇਂਟ ਨਾ ਮੇਰੀ ਸੱਸ ਨੇ ਕਰਾਈ ਆ ਵੀਰੇ ਆਪਣੀ ਉਹਨਾਂ ਨੂੰ ਸਭ ਤੋਂ ਸਿਕਿਉਰਿਟੀ ਵਾਲਾ ਇੱਕ ਦੋ ਜਣਿਆਂ ਨੂੰ ਜਿੱਦਾਂ ਕੰਪਲੇਂਟ ਆ ਮੇਰੀ ਮੇਰੀ ਉੱਤੇ ਉੱਤੇ ਕਰਵਾਈਆਂ ਸੀ ਉਧਰ ਜੋ ਆ ਸਿਕਿਉਰਿਟੀ ਵਾਲਾ ਯੂਨੀਫਾਰਮ ਵਾਲਾ ਵੀਰ ਆਵੇ ਕਿਤੇ ਵੀਰੇ ਆ ਕੇ ਦੰਦਰ ਸਾਹਿਬ ਅੱਗੇ ਆਓ ਕੋਈ ਨਹੀਂ ਆਉਂਦਾ ਅੱਗੇ ਉੱਥੋਂ ਦੀ ਕੋਈ ਨਹੀਂ ਆ ਦੇਖੋ ਆ ਅਸੀਂ ਸੱਦ ਲਿਆ ਵੀਰਾ ਆ ਰਿਹਾ ਵੀਰਾ ਸੱਦ ਲਿਆ ਇਹਨੂੰ ਰੈਸਟ ਕਰਾਉਣ ਲੱਗੇ ਅਸੀਂ ਰੈਸਟ ਕਰਾਉਣ ਲੱਗੇ ਬਾਈ ਲੈ ਕੇ ਜਾਓ ਉਹਨੂੰ ਲੈ ਕੇ ਜਾਓ ਚਲੋ ਤੁਸੀਂ ਇਹਨੂੰ ਨਹੀਂ ਉਧਰ ਉਹਨਾਂ ਨੂੰ ਲੈ ਕੇ ਜਾਣਾ ਲੈ ਫੜ ਪਾਣੀ ਪੀਓ ਪਾਣੀ ਪੀ ਲੈ ਪਾਣੀ ਤੇਰਾ ਬੁੱਲ ਸੁੱਕੇ ਪੈਰ ਕੋਈ ਗੱਲ ਨਹੀਂ ਮਰਦਾ ਨਹੀਂ ਜਾਊਂਗੀ ਨਾ ਨਾ ਭਰਾ ਦੇ ਕੋਲੇ ਖੜ ਕੇ ਆਣਾ ਮਰਦਾ ਨਹੀਂ ਜਾਊਂਗੀ ਨਾ ਫੜ ਲੈ ਨਹੀਂ ਪੀ ਲੈ ਪਾਣੀ ਨਹੀਂ ਤੁਸੀਂ ਅਰਦਾਸ ਚ ਕਿਉਂ ਕੇ ਬੋਲਿਆ ਬੰਦੇ ਆ ਉਹਨੂੰ ਹਾਂ ਪਰ ਮੈਂ ਨਹੀਂ ਮੰਨਿਆ ਚਲ ਕੋਈ ਮੇਰੀ ਭੈਣ ਨਹੀਂ ਮੈਂ ਤੁਹਾਡੀ ਭੈਣ ਨਹੀਂ ਚਲ ਨਾ ਨਾ ਮੈਂ ਤੁਹਾਡੀ ਭੈਣ ਆ ਔਰ ਨਾ ਕੋਈ ਰਿਸ਼ਤਾ ਰੱਖਣ ਨਹੀਂ ਠੀਕ ਹੈ ਸਰ ਚਲ ਘੁੱਟ ਪਾਣੀ ਮੂੰਹ ਮੂੰਹ ਗਿੱਲਾ ਕਰ ਔਰ ਇਹ ਤੇ ਭੈਣਾ ਬਣਾ ਕੇ ਉਹਨਾਂ ਦੀ ਇੱਜ਼ਤਾਂ ਦਾ ਖਲਵਾੜ ਕਰ ਚਲ ਕੋਈ ਉਹਨਾਂ ਚੋਂ ਨਾ ਬਣੀ ਨਹੀਂ ਬਣ ਨਹੀਂ ਬਣ ਹਲੇ ਫੜ ਆ ਦਾੜੀ ਰੱਖਣ ਦੇ ਨਾਲ ਤੁਹਾਡਾ ਅਤੀ ਆਪ ਨਹੀਂ ਬਦਲ ਜਾਣਾ ਠੀਕ ਹੈ ਭੈਣ ਹਲੇ ਫੜ ਹਲੇ ਫੜ ਪਾਣੀ ਪਾਣੀ ਪੀ ਲੈ ਘੁੱਟ ਪੀ ਲੈ ਪਾਣੀ ਪੀ ਲੈ ਘੁੱਟ ਪਾਣੀ ਅਗਰ ਮੈਂ ਇੱਕ ਘੁੱਟ ਪਾਣੀ ਦੀ ਤਾਂ ਪੀ ਲਈ ਨਾ ਭੈਣ ਤੇਰੇ ਬੁੱਲ ਸੁੱਕੇ ਪਏ ਪੀ ਲੈ ਹੋ ਜਾਵੇ ਪੀ ਲੈ ਭੈਣ ਕੀ ਕਰ ਮੈਨਾਂ ਇੱਥੇ ਕਿੰਨੀਆਂ ਔਰਤਾਂ ਤੈਨੂੰ ਪਾਠ ਕਰਨਾ ਆਉਂਦਾ ਤੈਨੂੰ ਪਾਠ ਕਰਨਾ ਆਉਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸ਼ਾਦ ਜਪ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਬ੍ਰਹਮ ਅਚੂਨੀ ਸਹਿਭੰਗ ਗੁਰਪ੍ਰਸ਼ਾਦ ਜਪ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਮਤਲਬ ਦੱਸ ਨਹੀਂ ਮੈਨੂੰ ਨਹੀਂ ਪਤਾ ਨਹੀਂ ਪਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ 100 ਵਾਰੀ ਪੜ ਨਿਰਭਉ ਨਿਰਭਉ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸ਼ਾਦ ਜਪ ਆਦ ਸਚ ਜਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਮੈਨੂੰ ਹੱਥ ਸਿਰ ਕਰ ਦੋ ਕੋਈ ਕੋਈ ਬਸ ਭੈਣੇ ਬਸ ਗੁੱਸਾ ਨਹੀਂ ਕਰ ਇਹਨਾਂ ਨੂੰ ਸਮਝਾਓ ਬਸ ਪਹਿਲੀ ਪੌੜੀ ਤਾਂ ਅਸੀਂ ਰਾਹ ਰੋਜ਼ ਕਰਦੇ ਹਾਂ ਠੀਕ ਹੈ ਬਸ ਕਰ ਗੁੱਸਾ ਨਹੀਂ ਕਰ ਗੁੱਸਾ ਨਹੀਂ ਮੇਰੀ ਛੋਟੀ ਭੈਣ ਮੈਂ ਸਿਰ ਤੇ ਹੱਥ ਨਹੀਂ ਰੱਖ ਸਕਦਾ ਤੇਰੇ ਨਹੀਂ ਕਿਉਂ ਮੈਂ ਭਰਾ ਦੇ ਨਾਤੇ ਤੇਰੇ ਸਿਰ ਤੇ ਵੀ ਹੱਥ ਰੱਖ ਸਕਦਾ ਕਿਉਂ
ਬਸ ਭੈਣੇ ਬਾਹ ਉਹ ਨਾ ਬਾਹ ਤੋੜਦੀ ਉਹਦੀ ਬਾਹ ਨਾ ਤੋੜਦੀ ਤੂੰ ਨਹੀਂ ਨਹੀਂ ਭੈਣੇ ਤੂੰ ਰਹਿਣ ਦੇ ਸਾਨੂੰ ਕੋਈ ਨਾ ਕੋਈ ਆਹ ਦੇਖ ਲੋ ਸ਼ਾਂਤ ਫਰਾਉਂਦੀ ਆ ਸਾਨੂੰ ਨਵਾਂ ਸ਼ਹਿਰ ਕਟਾਰੀਆਂ ਦਾ ਰਹਿਣ ਵਾਲਾ ਨੌਜਵਾਨ ਆ, ਅਰਦਾਸ ਕਰਿਓ ਇਹ ਵੀਰ ਠੀਕ ਹੋ ਜਾਵੇ, ਇਹਦੇ ਸੰਗਲ ਖੁੱਲ ਜਾਣ, ਇਹ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ। ਪੜ੍ਹਿਆ ਲਿਖਿਆ ਨੌਜਵਾਨ ਆ, ਅੱਜ ਇਸ ਹਾਲਾਤ ਦੇ ਵਿੱਚ ਪਹੁੰਚਿਆ ਫਿਰਦਾ ਜਿਹਨੂੰ ਆਪਾਂ ਨਰਕ ਵਰਗੇ ਹਾਲਾਤ ਕਹਿੰਦੇ ਹਾਂ, ਪਿੰਡ ਦੇ ਵਿੱਚ ਸੜਕਾਂ ਤੇ ਤੁਰਿਆ ਫਿਰਨਾ, ਅਖੀਰ ਘਰ ਦੇ ਵਿੱਚ ਲੜਨਾ ਝਗੜਨਾ, ਮਾਂ ਪਿਓ ਸੰਗਲ ਨਾਲ ਬੰਨਣ ਨੂੰ ਮਜਬੂਰ ਹੋ ਗਏ ਨੇ। ਭੰਗ ਕਿੱਥੋਂ ਲੈਣਾ ਉਹਨਾਂ ਪੀਣ ਨੂੰ? ਹੈ ਸ੍ਰੀ ਅਨੰਦਪੁਰ ਸਾਹਿਬ ਤੋਂ। ਅੱਛਾ, ਕਿਵੇਂ ਪੀਨਾ ਫਿਰ ਤੂੰ? ਬਾਈ ਕੌਣ ਆ? ਇਹਦਾ ਕੀ ਨਾਮ ਆ? ਹਰਪ੍ਰੀਤ ਸਿੰਘ। ਤੇਰਾ ਵਿਆਹ ਹੋਇਆ ਹੋਇਆ? ਹਾਂਜੀ। ਤੇਰਾ ਵਿਆਹ ਹੋਇਆ? ਤੇ ਤੂੰ ਨੀ ਚਾਹੁੰਦਾ ਵੀ ਤੂੰ ਜੌਬ ਕਰੇ, ਵਿਆਹ ਹੋਵੇ, ਬੱਚੇ ਹੋਣ, ਘਰ ਬਸੇ? ਇਹ ਡੈਡੀ ਕੀ ਕਰਦੇ ਨੇ? ਇਹਦੇ ਡੈਡੀ ਐਸਆਈ ਆ। ਅੱਛਾ, ਪੁਲਿਸ ਦੇ ਵਿੱਚ? ਹਾਂਜੀ, ਪੰਜਾਬ ਪੁਲਿਸ ਦੇ। ਬਾਪੂ ਨੇ ਡੰਡਾ ਨੀ ਫੇਰਿਆ ਤੈਨੂੰ ਲਿਆ ਕੇ ਫਿਰ ਹਵਾ ਲਾ ਚ? ਫੇਰ ਤੂੰ ਹਰਦਾ ਕਾਹਦੋਂ ਨੀ ਪੁੱਠੇ ਕੰਮ ਕਰਨਾ? ਦੋ ਵਾਰੀ ਉਹਦਾ ਟਾਈਮ ਪੀ ਲਿਆ, ਫਿਰ ਮੇਰੇ ਤੋਂ ਆ ਨੀ ਹੋਇਆ, ਥੋੜੀ ਬਿਪਤਾ ਪੈ ਗਈ ਤਾਂ ਸਾਡੀ ਮੌਤ ਹੋ ਗਈ ਸੀਗੀ। ਤੇ ਫੇਰ ਇਦਣ ਫਿਰ ਮੈਂ ਟਾਈਮ ਲੈ ਕੇ ਗਈ ਸੀਗੀ। ਹਾਂਜੀ, ਨਵਦੀਪ ਐਂਟਰੀ ਪਾ। ਕੋਈ ਨਾ ਭੈਣੇ, ਆਪਾਂ ਇਹਨਾਂ ਨੂੰ ਕਰਦੇ ਹਾਂ ਦਾਖਲ, ਵਾਹਿਗੁਰੂ ਮਿਹਰ ਕਰਨਗੇ, ਫਿਕਰ ਨਾ ਕਰ, ਠੀਕ ਆ।
ਇਹ ਰਹੂਗਾ ਕੋਲੇ ਨਾਲ ਨਾ ਭਰਾ ਇਹਦਾ? ਨਹੀਂ ਮੈਂ ਰਹੂਗੀ ਨਾਲ। ਤੁਸੀਂ ਰਹੋਗੇ? ਮੈਂ ਰਹੂ। ਤੁਸੀਂ ਤਾਂ ਪਹਿਲਾਂ ਹੀ ਖੁੰਡੀਆਂ ਤੁਰਦੀ ਆ ਬੇਬੇ। ਕੋਈ ਨਹੀਂ ਮੈਂ ਹੋ ਜਾਣਾ, ਇਹ ਠੀਕ ਹੋ ਗਿਆ, ਮੈਂ ਵੀ ਠੀਕ ਹੋ ਜਾਣਾ। ਕੋਈ ਨਾ, ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ, ਤੇਰਾ ਪੁੱਤ ਠੀਕ ਹੋ ਕੇ ਜਾਊਗਾ। ਇੱਥੋਂ ਤੇਰਾ ਪੁੱਤ ਠੀਕ ਹੋ ਕੇ ਜਾਊਗਾ, ਜਮਾ ਫਿਕਰ ਨਾ ਕਰ। ਬਾਪੂ ਸਤਿ ਸ੍ਰੀ ਅਕਾਲ, ਕੀ ਹਾਲ ਨੇ ਵੀਰੇ? ਤੈਨੂੰ ਸਿੰਗਲ ਨਾ ਬੰਨਿਆ, ਗੁੱਟ ਕਿਵੇਂ ਸੁੱਜੇ ਪਏ ਆ? ਫਿਰ ਤੂੰ ਹਟਦਾ ਨੀ, ਪੰਗੇ ਲੈਂਦਾ ਹੋਏਗਾ। ਬਾਪੂ ਪਹਿਲਾਂ ਸਤਿ ਸ੍ਰੀ ਅਕਾਲ, ਕਿੱਥੋਂ ਆਏ ਤੁਸੀਂ? ਨਾਗਰੇ ਤੋਂ, ਸੰਗਰੂਰ ਤੋਂ। ਠੀਕ ਹੈ ਬਾਪੂ, ਬੇਟਾ ਤੁਹਾਡਾ? ਕਿੰਨੇ ਬੱਚੇ ਤੁਹਾਡੇ? ਤਿੰਨ ਕੁੜੀਆਂ ਨੇ। ਅੱਛਾ, ਤਿੰਨ ਕੁੜੀਆਂ ਤੇ ਇੱਕ ਮੁੰਡਾ। ਰੋ ਨਾ, ਹੌਸਲਾ ਰੱਖ ਬਾਪੂ। ਕੀ ਕਰਨ ਬੁੱਢੇ ਮਾਂ ਬਾਪ, ਜਿਵੇਂ ਜਿਵੇਂ ਬਜ਼ੁਰਗ ਹੋਈ ਜਾਂਦੇ, ਸਰੀਰ ਕਹਿਣੇ ਤੋਂ ਬਾਹਰ ਹੋਈ ਜਾਂਦਾ। ਗੁੱਡੀਆਂ ਤਾਂ ਪੜ੍ਹਾ ਲਈਆਂ, ਲਿਖਾ ਲਈਆਂ, ਵਿਆਹ ਲੀਆਂ। ਪੁੱਤ ਜਿਹਦੇ ਸਹਾਰੇ ਸੁੱਖ ਲੈਣਾ ਸੀ, ਦਿਨ ਕੱਟਣੇ ਸੀ, ਉਹਨੂੰ ਸੰਗਲ ਨਾਲ ਬੰਨ ਕੇ ਹੱਥ ਦੇ ਵਿੱਚ ਸੰਗਲ ਪੜੀ ਫਿਰਦਾ ਬਾਪੂ। ਨਾਗਰੇ ਪਿੰਡ ਤੋਂ ਆਇਆ, ਜ਼ਿਲ੍ਹਾ ਸੰਗਰੂਰ ਆ ਬਾਪੂ। ਬਾਪੂ ਤੁਹਾਡਾ ਕੀ ਨਾਂ? ਨਛੱਤਰ ਸਿੰਘ। ਇਹਦਾ ਕੀ ਨਾਂ? ਰਣਜੀਤ। ਆ ਤੂੰ? ਓ ਬਾ ਰਣਜੀਤ, ਕਿਵੇਂ? ਵਧੀਆ। ਬਾਪੂ ਕਿੰਨੇ ਸਾਲ ਹੋ ਗਏ ਇਹਨੂੰ ਏਦਾਂ ਹੋਏ? ਨਾ ਰੋ, 8-7 ਸਾਲ ਹੋ ਗਏ। ਕਿਵੇਂ ਹੋਇਆ ਬਾਪੂ ਇਹ? ਅੱਛਾ, ਇਹਦਾ ਇਹਦਾ ਭਰਾ, ਤਾਏ ਦਾ ਪੁੱਤ, ਚਾਚੇ ਦਾ? ਉਸ ਤੋਂ ਪਹਿਲਾਂ ਬਾਪੂ ਕੋਈ ਤੁਹਾਡੇ ਪਰਿਵਾਰ ਚ ਸੀਗਾ ਕੋਈ ਏਦਾਂ ਦਿਮਾਗੀ? ਇਹਦੇ ਨਾਨਕਿਆਂ ਚ? ਨਾਨਕੇ ਚ ਤਾਂ ਕੌਣ? ਮਾਮਾ ਸੀ। ਅੱਛਾ, ਜੇਸੀ ਵੀ ਚਲਾਉਂਦਾ? ਪੜਿਆ ਕਿੰਨਾ? ਸਾਨੂੰ ਨੌਕਰੀ ਜਾਂ ਸੇਵਾ ਦੇ ਦੋ, ਅਸੀਂ ਲੰਗਰ ਦੀ, ਭਾਂਡਿਆਂ ਦੀ, ਝਾੜੂ ਦੀ ਸੇਵਾ ਕਰਾਂਗੇ। ਮੇਰੀ ਭੈਣ, ਜੇ ਸਾਨੂੰ ਜ਼ਰੂਰਤ ਹੋਊਗੀ ਤੁਹਾਨੂੰ ਦੱਸਾਂਗੇ। ਭਾਜੀ ਮੇਰਾ ਕੋਈ ਜਗ੍ਹਾ ਨੀ, ਅੱਜ ਅਸੀਂ ਘਰੇ ਨਹੀਂ ਜਾਵਾਂਗੇ, ਅੱਗੇ ਅਸੀਂ ਚਲੇ ਜਾਂਦੇ। ਕਿਉਂ, ਘਰ ਕਿੱਥੇ ਗਿਆ ਤੁਹਾਡਾ? ਭਾਜੀ ਨਹੀਂ, ਮੇਰਾ ਘਰ ਹੈ ਹੀ ਨਹੀਂ। ਘਰ ਉਹਨਾਂ ਦਾ ਜਿਨ੍ਹਾਂ ਨੂੰ ਮੇਰੇ ਪਤੀ ਨੇ ਸਾਥ ਦਿੱਤਾ, ਉਹਨਾਂ ਦੇ ਘਰ ਅਸੀਂ ਦੁੱਖਾਂ ਵਿੱਚ ਰੋਂਦੇ ਪਏ ਆ। ਇਹਨਾਂ ਦੀ ਸਾਰੀ ਗੱਲ ਸੁਣੋ, ਖਤਨਾ ਮੁਦਰੀ ਸੁਣ ਕੇ ਐਡਰੈਸ ਲਿਖੋ ਇਹਨਾਂ ਦਾ। ਪੁੱਤੋ ਵੀਰੇ, ਇਹਨਾਂ ਦਾ ਐਡਰੈਸ ਲਿਖੋ ਸਾਰਾ, ਨਾਮ, ਨੰਬਰ, ਪਿੰਡ ਸਾਰਾ ਲਿਖੋ, ਵੈਰੀਫਾਈ ਕਰਾਉਣੇ ਆ। ਭਾਜੀ ਅਸੀਂ ਸੇਵਾ ਤੇ ਨੌਕਰੀ ਕਰਾਂਗੇ। ਠੀਕ ਆ, ਠੀਕ ਆ, ਠੀਕ ਆ ਮੇਰੀ ਭੈਣ, ਚੰਗਾ ਮੇਰੀ ਭੈਣ। ਹੁਣ ਭਾਜੀ ਪ੍ਰਜਾਈਆਂ ਰਾਜ ਕਰਦੀਆਂ ਪਈਆਂ, ਉਹ ਮੇਰੇ ਚੰਗਾ ਮੇਰੀ ਭੈਣ ਮੰਨ ਲਈ। ਹੁਣ ਮਾਂ ਪਿਓ ਬੈਠੇ ਹੁੰਦੇ, ਮੈਂ ਮਾਂ ਪਿਓ ਕੋਲ ਰੋ ਲੈਂਦੀ।